ਯਾਰ ਸਿਚੁਏਸ਼ਨ ਬਹੁਤ ਘੈਂਟ ਆ ਧਰਮਣਾ ਬਾਈ, ਜਿਹੜੀ ਸਿਚੁਏਸ਼ਨ ਤੇ ਗਾਣਾ ਬਣਾਇਆ ਗਿਆ ਨਾ, ਮੇਰੇ ਹਿਸਾਬ ਨਾਲ ਬਾਈ ਉਹ ਸੋਚ ਸਮਝ ਕੇ ਬਣਾਇਆ ਗਿਆ ਗਾਣਾ ਹੈ ਨਾ। ਸੋ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ, ਹੋਪ ਸੋ ਸਾਰਿਆਂ ਨੇ ਬਿਲਕੁਲ ਠੀਕ ਹੋਵੋਗੇ। ਅੱਜ ਦੀ ਵੀਡੀਓ ਵਿੱਚ ਰੈਡ ਕਰਨ ਜਾ ਰਿਹਾ ਸੁਖਰਾਜ ਧਾਲੀਵਾਲ ਬਾਈ ਦੇ ਗਾਣੇ 'ਤੇ। ਗਾਣੇ ਦਾ ਨਾਂ ਹੈਗਾ ਡਰੀਮ ਬਿਗ, ਲਿਖਿਆ ਅਤੇ ਫੀਚਰਿੰਗ ਇਹ ਗਾਣੇ ਦੇ ਵਿੱਚ ਕਰਨਵੀਰ ਚੀਮਾ ਬਾਈ ਨੇ ਕੀਤੀ ਆ। ਮਿਊਜ਼ਿਕ ਹੈਗਾ ਬਾਈ ਆਰਮਿਡ ਬੀਟਸ ਦਾ, ਅਤੇ ਵੀਡੀਓ ਹੈਗੀ ਆ ਬਾਈ ਦਿਲਬਾਗ ਵਿਰਕ ਦੀ। ਸੋ ਕਰਦੇ ਹਾਂ ਚੈੱਕ ਗਾਣਾ ਕਿਵੇਂ ਹੁੰਦਾ, ਕਿਵੇਂ ਨਹੀਂ, ਬਿਨਾਂ ਟਾਈਮ ਖਰਾਬ ਕੀਤੇ ਸ਼ੁਰੂ ਕਰਦੇ ਹਾਂ ਇਹਦੀ ਇਹ ਵੀਡੀਓ। ਜਿੱਥੇ ਆਉਣਾ ਤੇਰਾ ਇਹ ਡਰੀਮ ਬੱਲੀਏ, ਮਿੱਤਰਾਂ ਨੇ ਧਾਕੇ ਉੱਥੇ ਪਾਈ ਹੋਈ ਹੈ, ਵੇਲਾ ਵੇਲਾ ਆਖਦੀ ਸੀ ਪਿੰਡ ਯਾਰਾਂ ਨੇ, ਡਾਲਰਾਂ ਦੀ ਨੇਰੀ ਵੀ ਲਿਆਈ ਹੋਈ ਹੈ, ਜਿਹਦੇ ਪਿੱਛੇ ਲੱਗ ਕੇ ਤੂੰ ਮੈਨੂੰ ਛੱਡਿਆ, ਉਹਨੇ ਦੱਸ ਉੱਥੇ ਕਿਹੜਾ ਝੰਡੇ ਗੱਡ ਤੇ, ਉਹਨੂੰ ਗੱਲ ਉਹ ਕਿਹੜਾ ਡੀਸੀ ਆ ਜਿਹਦੇ ਕਰਕੇ ਛੱਡ ਗਈ ਹੈ, ਕਿਆ ਬਾਤ ਆ। ਡਾਲਰਾਂ ਦੀ ਨੇਰੀ ਵੀ ਲਿਆਈ ਹੋਈ ਹੈ, ਜਿਹਦੇ ਪਿੱਛੇ ਲੱਗ ਕੇ ਤੂੰ ਮੈਨੂੰ ਛੱਡਿਆ, ਉਹਨੇ ਦੱਸ ਉੱਥੇ ਕਿਹੜਾ ਝੰਡੇ ਗੱਡ ਤੇ, ਉਹਨੂੰ ਗੱਲ ਲਾਇਆ ਮੈਨੂੰ ਸੈਡ ਕਰਕੇ, ਸਾਨੂੰ ਵੀ ਬਥੇਰੀਆਂ ਨਾ ਯਾਰ ਮਰੇ, ਇੱਕ ਗੱਲ ਪੱਕੀ ਆ ਸਿਖਾ ਗਈ ਜ਼ਿੰਦਗੀ, ਗੱਲ ਮੇਰੇ ਖਾਨੇ ਆ ਕੇ ਪਾ ਗਈ ਜ਼ਿੰਦਗੀ, ਚੜ੍ਹਦੇ ਨੂੰ ਦੇਖ ਕੇ ਸਲਾਮਾਂ ਹੁੰਦੀਆਂ, ਵੇਲੇ ਤੋਂ ਕਮਾਊ ਵੀ ਬਣਾ ਗਈ ਜ਼ਿੰਦਗੀ। ਨਾਈਸ ਯਾਰ ਨਾਈਸ, ਮਤਲਬ ਜਦੋਂ ਕਿਸੇ ਨੂੰ ਪਿਆਰ 'ਚ ਧੋਖਾ ਮਿਲਦਾ ਹੈ ਨਾ, ਕੋਈ ਤਾਂ ਬਣ ਜਾਂਦਾ ਗਾ ਮਤਲਬ ਨਸ਼ੇੜੀ, ਕੋਈ ਬੰਦਾ ਉਹ ਚੀਜ਼ ਨੂੰ ਮੋਟੀਵੇਸ਼ਨਲ ਵਾਲੇ ਤਰੀਕੇ ਨਾਲ ਲੈਂਦਾ ਹੈ ਨਾ, ਅਤੇ ਉਹ ਚੀਜ਼ ਤੋਂ ਮੋਟੀਵੇਟ ਹੋ ਕੇ ਬੰਦਾ ਕਹਿੰਦਾ ਵੀ ਯਾਰ ਕੋਈ ਚੱਕਰ ਵਾਲੀ ਗੱਲ ਨਹੀਂ, ਵੀ ਛੱਡ ਗਈ ਕਿੱਡੀ ਕੁ ਗੱਲ ਹੋ ਗਈ, ਇਹਨੂੰ ਹੁਣ ਇੱਦੂ ਵੀ ਉੱਤੇ ਦੇ ਬਣ ਕੇ ਟੱਕਰਾਂਗੇ ਹੈ ਨਾ, ਜਿੱਥੇ ਹੋਵਾਂਗੇ ਇਹ ਵੀ ਸੋਚੂਗੀ ਵੀ ਛੱਡਣਾ ਨਹੀਂ ਸੀ ਹੈ ਨਾ। ਉਹੋ ਜਿਹੀ ਚੀਜ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਬਾਈ ਨੇ ਵੀਡੀਓ ਦੇ ਵਿੱਚ, ਅਤੇ ਲਿਰਿਕਸ ਬਹੁਤ ਸੋਹਣੇ ਆ ਯਾਰ, ਬਾਈ ਦੀ ਵੋਕਲ ਵੀ ਬਹੁਤ ਘੈਂਟ ਆ। ਜੰਮੇ ਪਲਿਆ ਮੁੰਡਾ ਮਹਿਲ ਬਣ ਮਾਣਦਾ, ਜਵਾਨੀ ਮਿੱਠੀ ਏ, ਕੱਲ ਦਾ ਨੀ ਪਤਾ ਉਹ ਤਾਂ ਰੱਬ ਜਾਣਦਾ, ਅੱਜ ਵੈਰੀਆਂ ਨੂੰ ਹੁੰਦੀ ਆ ਹੈਰਾਨੀ ਮਿੱਠੀ ਏ, ਟੀਚਰ ਤੂੰ ਕੀਤੀ ਕਾਰ ਨਹੀਂ ਉਹ ਤੇਰੇ ਕੋਲ, ਸਾਹਮਣੇ ਜੋ ਖੜੀ ਮਸ ਟੈਂਗ ਮੇਰੀ ਆ, ਉਹੀ ਆ ਮੈਂ ਚੀਮਾ ਮਕਰੋਈ ਵਾਲਾ ਨੀ, ਜਿਹਨੂੰ ਦੇਖ ਕੇ ਤੂੰ ਕਦੇ ਅੱਖ ਫੇਰੀ ਏ। ਯਾਰ ਸਿਚੁਏਸ਼ਨ ਬਹੁਤ ਘੈਂਟ ਆ ਧਰਮਣਾ ਬਾਈ, ਜਿਹੜੀ ਸਿਚੁਏਸ਼ਨ ਤੇ ਗਾਣਾ ਬਣਾਇਆ ਗਿਆ ਨਾ, ਤੇ ਮੇਰੇ ਹਿਸਾਬ ਨਾਲ ਬਾਈ ਉਹ ਸੋਚ ਸਮਝ ਕੇ ਬਣਾਇਆ ਗਿਆ ਗਾਣਾ ਹੈ ਨਾ, ਕਿਸੇ ਸੱਚੀ ਘਟਨਾ ਤੋਂ ਆਧਾਰਿਤ ਹੋ ਕੇ ਗਾਣਾ ਬਣਾਇਆ ਗਿਆ ਲੱਗਦਾ ਬਾਈ ਇਹ, ਕਿਉਂਕਿ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਵਿੱਚ ਹੈ ਨਾ, ਉਹ ਐਂ ਲੱਗਦਾ ਸਪੈਸ਼ਲੀ ਸੁਣਾ ਰਿਹਾ ਬਾਈ ਕਿਸੇ ਨੂੰ। ਸਾਡੇ ਜਾਦੂ ਵਾਲੀ ਛੜੀ ਕਾਮਯਾਬੀ ਪਿੱਛੇ ਮੇਰੇ ਸੈਟ ਰਗਲਾ ਬੜੀ, ਸ਼ਿਫਟਾਂ ਮਲਾਈਆਂ ਰਾਤਾਂ ਜਾਗ ਜਾਗ ਕੇ, ਸਟੱਡੀ ਵੀਜ਼ੇ ਵਾਲੀ ਸੱਚੀ ਸਟਰਗਲਾ ਬੜੀ, ਸਟੱਡੀ ਵੀਜ਼ੇ ਵਾਲੀ ਸੱਚੀ ਸਟਰਗਲਾ ਬੜੀ, ਜੋ
ਟਰੱਕ ਵੀ ਚਲਾਉਣੇ ਆ ਅੰਨੇ ਵਕ ਮਾਈ ਦੇ ਤੇ ਯਾਰ ਆ ਬੰਦੇ ਨੇ ਬੜਾ ਘੈਂਟ ਕੰਮ ਕੀਤਾ ਯਾਰ ਬਾਈ ਨੇ ਹਨਾ ਕਰਨਵੀਰ ਨੇ ਵੀ ਨਾਈਸ ਯਾਰ ਕੰਮ ਕੀਤਾ ਰੱਖ ਦਿਲ ਚ ਜਨੂਨ ਕੰਮ ਸਿਰੇ ਚਾੜਿਆ ਰੱਖ ਦਿਲ ਚ ਜਨੂਨ ਕੰਮ ਸਿਰੇ ਚਾੜਿਆ ਉਹ ਦੇਖਦਾ ਗਰਾਫ ਕਿੱਦਾਂ ਚੜਦਾ ਨਹੀਂ ਤਾਂ ਆਉਂਦਾ ਹਿੱਲ ਜਾਂਦੇ ਸਾਲੇ ਜਦੋਂ ਮਿੱਤਰਾਂ ਦਾ ਨਾਂ ਆਉਂਦਾ ਕਰਦਾ ਇਹ ਠੋਂਦਾ ਦੇਖ ਪਾਉਂਦਾ ਜਾਂ ਟਗਾ ਆਉਂਦਾ 150 ਤੇ ਗੱਡੀ ਨਹੀਂ ਕਰਾਉਂਦਾ ਜਾਂ ਜਾਂ ਆਉਂਦਾ ਮਿਹਨਤਾਂ ਤੇ ਜ਼ੋਰ ਪਾਇਆ ਮਿੱਤਰਾਂ ਦਾ ਦੌਰ ਆਇਆ ਰਾਹ ਚ ਸੀ ਰੋੜੇ ਬੜੇ ਟੇਡੇ ਮਾਰ ਭੋਰੇ ਆਇਆ ਇੱਥੇ ਰਹਿ ਕਰ ਲੱਗੇ ਰਹੇ ਧੱਕੇ ਖਾਦੇ ਟੇਡੇ ਸਹੇ ਆਪ ਤਾਂ ਮੈਂ ਬੋਲਦਾ ਨਹੀਂ ਕੰਮ ਨੇ ਆ ਸ਼ੋਰ ਪਾਇਆ ਕਰੀ ਦੀ ਟਰੱਕ ਵੀ ਚਲਾਉਣੇ ਆ ਅੰਨੇ ਵਾ ਕਮਾਈ ਦੇ ਤੇ ਅੰਨੇ ਵਾਈ ਡਾਉਣੇ ਆ ਗੱਡੀ ਫੁੱਲ ਯਾਰਾਂ ਨਾਲ ਚਾਸਕਾ ਨੀ ਜ਼ੇਲੀਆਂ ਦਾ ਦੱਬ ਕਈ ਪੂਰਾ ਕਹਿੰਦੇ ਮੈਲਬਨ ਬੈਲੀਆਂ ਦਾ ਟਾਰਨੇਟ ਨਾਈਸ ਯਾਰ ਸੋ ਬਈ ਇਹ ਸੀਗਾ ਗਾਣਾ ਘੈਂਟ ਕੰਮ ਕੀਤਾ ਬਈ ਪੂਰਾ ਵੋਕਲ ਬਹੁਤ ਸੋਹਣੀ ਹੈਗੀ ਬਹੁਤ ਘੈਂਟ ਤਰੀਕੇ ਨਾਲ ਲਿਖਿਆ ਅਤੇ ਗਾਇਆ ਗਿਆ ਗਾਣਾ ਬਈ ਜਿਹੜੀਆਂ ਗੱਲਾਂ ਕੀਤੀਆਂ ਹੈਗੀਆਂ ਨਾ ਬਈ ਐਂਡ 'ਤੇ ਜਿਹੜੀਆਂ ਲਾਈਨਾਂ ਸੀਗੀਆਂ ਕੁਛ ਹੈ ਨਾ ਜਿਹੜੀਆਂ ਮੈਂ ਤੁਹਾਨੂੰ ਦੁਬਾਰੇ ਸੁਣਾਈਆਂ ਸੀਗੀਆਂ ਉਹ ਜਿਹੜਾ ਲੱਤ ਮਾਰ ਭੋਰਾ ਉਹਦਾ ਸਾਰਾ ਮੋਟੀਵੇਸ਼ਨਲੀ ਆ ਹੈ ਨਾ ਜਮ੍ਹਾਂ ਕੰਮ ਅਤੇ ਜਿਹੜੀ ਸਟਾਰਟਿੰਗ ਹੋਈ ਸੀਗੀ ਉਹ ਹੋਈ ਸੀਗੀ ਉਹ ਚੀਜ਼ ਤੋਂ ਵੀ ਹਾਂ ਵੀ ਸਹੇਲੀ ਨੂੰ ਤਾਨੇ ਮਾਰਨ ਤੋਂ ਹੈ ਨਾ ਤੂੰ ਐਂ ਕੀਤਾ ਮੇਰੇ ਨਾਲ ਅਤੇ ਫਿਰ ਮੈਂ ਤੈਥੋਂ ਮਤਲਬ ਵੱਡਾ ਹੋ ਕੇ ਤੇਰੇ ਸਾਹਮਣੇ ਆਇਆ ਹੈ ਨਾ ਜਿੱਥੇ ਉਹਨੂੰ ਤੂੰ ਤਰਸਦੀ ਆ ਉੱਥੇ ਝੰਡੇ ਵੀ ਗੱਡੀ ਬੈਠਾ ਨਾ ਮੈਂ ਉਹ ਸਾਰੀਆਂ ਚੀਜ਼ਾਂ ਸੀਗੀਆਂ ਇੱਕ ਵਿੱਚ ਵਰਸ ਐਡ ਕੀਤਾ ਗਿਆ ਸੀਗਾ ਮਾਂ ਪਿਓ ਵਾਲਾ ਹੈ ਨਾ ਵੀ ਬਾਪੂ ਨੇ ਜਿਹੜਾ ਕਰਜ਼ਾ ਚੱਕ ਕੇ ਮੈਨੂੰ ਭੇਜਿਆ ਸੀ ਉਹ ਵੀ ਸਾਰਾ ਵਾਪਸ ਕੀਤਾ ਹੈ ਨਾ ਮਤਲਬ ਯਾਰ ਓਵਰਆਲ ਇਹ ਗਾਣੇ 'ਤੇ ਸਾਰੀਆਂ ਚੀਜ਼ਾਂ ਬਾਰੇ ਗੱਲ ਕੀਤੀ ਗਈ ਆ ਹੈ ਨਾ ਇਕੱਲਾ ਇਹ ਨਹੀਂ ਹੈਗਾ ਵੀ ਇਕੱਲਾ ਇੰਟਰਟੇਨਮੈਂਟ ਲਈ ਲਿਖਿਆ ਗਿਆ ਗਾਣਾ ਜਾਂ ਕਿਸੇ ਨੂੰ ਸੁਣਾਉਣ ਲਈ ਹੀ ਲਿਖਿਆ ਗਿਆ ਗਾਣਾ ਗਾਣੇ ਦੇ ਵਿੱਚ ਸਾਰੀਆਂ ਹੀ ਚੀਜ਼ਾਂ ਹੈਗੀਆਂ ਹੈ ਨਾ ਜਿਹੜੀਆਂ ਹੋਣੀਆਂ ਚਾਹੀਦੀਆਂ ਸੀਗੀਆਂ ਵਧੀਆ ਟੋਪਿਕ ਚੂਜ਼ ਕੀਤੇ ਗਏ ਆਗੇ ਕੁੱਲ ਮਿਲਾ ਕੇ ਘੈਂਟ ਯਾਰ ਕੰਮ ਸੋਹਣਾ ਲਿਖਿਆ ਗਿਆ ਸੋਹਣਾ ਗਾਇਆ ਬਾਈ ਨੇ ਗਾਣਾ ਮਿਊਜ਼ਿਕ ਵੀ ਸੋਹਣਾ ਸੀਗਾ ਗਾਣੇ ਦਾ ਲਿੰਕ ਗਾਣੇ ਦਾ ਡਿਸਕ੍ਰਿਪਸ਼ਨ ਦੇ ਵਿੱਚ ਹੋਊਗਾ ਜਾ ਕੇ ਗਾਣਾ ਚੈੱਕ ਜ਼ਰੂਰ ਕਰਿਓ ਵਧੀਆ ਲੱਗਿਆ ਆਪਦੇ ਯਾਰਾਂ ਦੋਸਤਾਂ ਨੂੰ ਜ਼ਰੂਰ ਸ਼ੇਅਰ ਕਰਿਓ ਇਹ ਗਾਣਾ ਜੇ ਆਪਣੀ ਵੀਡੀਓ ਵਧੀਆ ਲੱਗੀ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਫਿਰ ਮਿਲਾਂ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ Sounds steadily.